ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਅਸੀਂ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਵਰ੍ਹਾ 2014 ਨੂੰ ਅਲਵਿਦਾ ਕਹਿਣ ਅਤੇ ਈਸਵੀ ਕੈਲੰਡਰ ਦੇ ਵਰ੍ਹਾ 2015 ਨੂੰ ਖੁਸ਼ ਆਮਦੀਦ ਕਹਿਣ, ਇਹ ਚੰਗਾ ਰੁਝਾਨ ਹੈ ਜਿਹੜਾ ਇੱਥੇ ਆਏ ਸਾਡੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਕਿ ਜਦੋਂ ਤੁਸੀਂ ਕਿਸੇ ਕਲਚਰ ਕਿਸੇ ਸੱਭਿਆਚਾਰ ਦਾ ਹਿੱਸਾ ਬਣ ਜਾਂਦੇ ਹੋ ਤਾਂ ਫਿਰ ਉਸ ਸੱਭਿਆਚਾਰ ਦੇ ਅਟੈਕ ਇਨਫਲਕਸ ਪ੍ਰਭਾਵ ਤੋਂ ਬਚ ਨਹੀਂ ਸਕਦੇ ਅਤੇ ਚੰਗਾ ਹੁੰਦਾ ਕਿ ਉਸ ਨੂੰ ਇੱਕ ਚੰਗਾ ਮੋੜ ਦੇ ਦਿੱਤਾ ਜਾਏ। ਔਰ ਅੱਜ ਜੇ ਅਸੀਂ ਦੇਖੀਏ ਕਿ ਭਾਰਤ ਤੋਂ ਬਾਹਰ ਜੇ ਸਭ ਤੋਂ ਵੱਡੀ ਗੈਦਰਿੰਗ ਸਾਲ ਦੀ ਕੋਈ ਹੁੰਦੀ ਹੈ ਤਾਂ ਉਹ 31 ਦਸੰਬਰ ਦੀ ਰਾਤ ਦੀ ਹੁੰਦੀ ਹੈ। ਅਸੀਂ ਗੁਰੂ ਚਰਨਾਂ 'ਚ ਬੈਠ ਕੇ ਸਤਿਗੁਰੂ ਨੂੰ ਯਾਦ ਕਰਦੇ ਹਾਂ ਅਤੇ ਇਹ ਮੰਨਦੇ ਹਾਂ ਕਿ ਸਮਾਂ ਅਤੇ ਦੇਸ਼ ਜਾਂ ਜਿਸ ਨੂੰ ਦੇਸ਼ ਅਤੇ ਕਾਲ ਅਸੀਂ ਕਹਿੰਦੇ ਇਹ ਅਕਾਲ ਪੁਰਖ ਦੇ ਹੱਥ ਵਸੇ, ਨਾ ਇਹ ਰੋਕਿਆਂ ਰੁਕਦੇ। ਕਦੇ ਭਾਈ ਵੀਰ ਸਿੰਘ ਜੀ ਨੇ ਬੜੀ ਭਾਵਪੂਰਤ ਗੱਲ ਸਮੇਂ ਦੇ ਹਵਾਲੇ ਨਾਲ ਕਹੀ ਸੀ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿ ਇਸ ਦੇ ਉੱਤੇ ਕਿਸੇ ਦਾ ਕੋਈ ਕੰਟਰੋਲ ਨਹੀਂ। ਕਦੇ ਇੱਕ ਵਿਸ਼ਵ ਪ੍ਰਸਿੱਧ ਚਿੱਤਰਕਾਰ ਨੇ ਸਮੇਂ ਨੂੰ ਪੇਂਟ ਕੀਤਾ, ਚਿੱਤਰ ਬਣਾਇਆ, ਉਸ ਦੇ ਮੱਥੇ ਦੇ ਉੱਤੇ ਜ਼ੁਲਫਾਂ ਸਨ ਅਤੇ ਪਿੱਛੋਂ ਉਹ ਗੰਜਾ ਸੀ, ਭਾਵ ਕਿ ਜੇ ਅਸੀਂ ਸਮੇਂ ਨੂੰ ਆਉਂਦਿਆਂ ਦਬੋਚ ਲੈਂਦੇ ਹਾਂ, ਉਸ ਸਮੇਂ ਦਾ ਠੀਕ ਇਸਤੇਮਾਲ ਕਰਦੇ ਹਾਂ, ਓਪਰਚੁਨਿਟੀ ਨੂੰ ਅਵੇਲ ਕਰਦੇ ਹਾਂ ਅਤੇ ਉਹ ਕਾਰਗਰ ਹੁੰਦੀ ਹੈ, ਨਹੀਂ ਤਾਂ ਸਮਾਂ ਪਿੱਛੋਂ ਗੰਜੇ ਅਤੇ ਅਸੀਂ ਕਹਿੰਦੇ ਹਾਂ ਕਿ ਸਮਾਂ ਲੰਘ ਗਿਆ, ਹੁਣ ਕੁਝ ਕੀਤਾ ਨਹੀਂ ਜਾ ਸਕਦਾ। ਇਹ ਗੱਲ ਨਿੱਜੀ ਜ਼ਿੰਦਗੀ 'ਚ ਵੀ ਬੜੀ ਟਰੂਥਫੁੱਲ ਏ ਅਤੇ ਕੌਮਾਂ ਦੀ ਜ਼ਿੰਦਗੀ 'ਚ ਵੀ ਬੜੀ ਟਰੂਥਫੁੱਲ ਏ। ਜਿਵੇਂ ਢਾਡੀ ਸਿੰਘਾਂ ਨੇ, ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੰਗ ਨੇ ਇਹ ਸਾਡੇ ਸਾਹਮਣੇ ਰੱਖਿਆ। ਜਦੋਂ ਪਿਛਲਾ ਵਰ੍ਹਾ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਅਸੀਂ ਗੁਜ਼ਰ ਰਹੇ ਸਾਂ ਦਸੰਬਰ 'ਚ, ਅਤੇ ਇਹੋ ਜਿਹੀਆਂ ਹੀ ਖਬਰਾਂ ਸਨ ਗੁਰਦੁਆਰਾ ਅੰਬ ਸਾਹਿਬ ਮੋਹਾਲੀ, ਭਾਈ ਗੁਰਬਖਸ਼ ਸਿੰਘ ਇਸ ਤਰ੍ਹਾਂ ਹੀ 40 ਦਿਨ ਤੋਂ ਜ਼ਿਆਦਾ ਵਰਤ ਦੇ ਉੱਤੇ ਬੈਠੇ ਸਨ ਅਤੇ ਮੰਗਾਂ ਵੀ ਉਹ ਜਿਹੜੀਆਂ ਕਿ ਵਿਦਨ ਦਾ ਕਾਂਸਟੀਟਿਊਸ਼ਨਲ ਨੈਟਵਰਕ ਨੇ। ਬਹੁਤ ਵਾਰ ਖਾਲਿਸਤਾਨ ਦਾ ਸ਼ਬਦ ਕਈਆਂ ਨੂੰ ਚੰਗਾ ਨਹੀਂ ਲੱਗਦਾ, ਕਈ ਸਮਝਦੇ ਨੇ ਸ਼ਾਇਦ ਇਸ ਤੋਂ ਬਿਨਾਂ ਵੀ ਕੋਈ ਹੋਰ ਹੱਲ ਲੱਭਿਆ ਜਾ ਸਕਦੇ, ਪਰ ਪਿਛਲੇ 67 ਸਾਲ ਦਾ ਤਜ਼ਰਬਾ ਭਾਰਤ ਦੀ ਯੂਨੀਅਨ 'ਚ ਔਰ ਖਾਸ ਤੌਰ 'ਤੇ ਪਿਛਲੇ 30 ਸਾਲ ਦਾ,
ਇਹ ਸਾਨੂੰ ਬਾਰ ਬਾਰ ਕਨਵਿੰਸ ਕਰਵਾ ਰਹੇ ਕਿ ਜਿਸ ਪਾਰਲੀਮੈਂਟ ਨੂੰ ਇਹ ਡੈਮੋਕ੍ਰੇਸੀ ਦਾ ਟੈਂਪਲ ਕਹਿੰਦੇ ਨੇ, ਜਿਸ ਕਾਂਸਟੀਟਿਊਸ਼ਨ ਨੂੰ ਇਹ ਸੈਕਰੋਸੈਂਕਟ ਕਹਿੰਦੇ ਨੇ ਕਿ ਇਹ ਸੈਕਰਡ ਕਾਓ ਹੈ, ਬਹੁਤ ਪਵਿੱਤਰ ਹੈ, ਅਤੇ ਜਿਹੜਾ ਨਿਜ਼ਾਮ ਉੱਥੇ ਪਿਛਲੇ 67 ਸਾਲ ਤੋਂ ਚੱਲ ਰਿਹਾ ਉਹ ਉਸ ਸੰਵਿਧਾਨ ਦੇ ਤਹਿਤ ਵੀ ਨਹੀਂ ਹੈ, ਉਸ ਸੰਵਿਧਾਨ ਨੂੰ ਵੀ ਨਹੀਂ ਮੰਨਦਾ। ਉਹ ਉਸ ਧਰਤੀ ਦੇ ਉੱਤੇ ਸ਼ਹਿਰੀਆਂ ਦੇ ਬਰਾਬਰ ਦੇ ਹੱਕਾਂ ਦੀ ਗੱਲ ਨੂੰ ਵੀ ਨਹੀਂ ਮੰਨਦੇ, ਅਤੇ ਵਰ੍ਹਾ 2014 ਉਹਨਾਂ ਦੇ ਹੱਥ ਸਿਆਸੀ ਪਾਵਰ ਸਮੇਂ ਨੇ ਦੇ ਦਿੱਤੀ ਹੈ, ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬੜੀ ਵੱਡੀ ਕਨਵੈਨਸ਼ਨ ਕਰਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਨੇ ਕਿਹਾ ਕਿ 800 ਸਾਲ ਕੇ ਬਾਅਦ ਅਬ ਹਿੰਦੂਓਂ ਕੇ ਹਾਥ ਰਾਜਸੀ ਸਤਾ ਆਈ ਹੈ ਔਰ ਹਮ ਆਪ ਕੋ ਬਤਾਨਾ ਚਾਹਤੇ ਹੈ ਕਿ ਅਬ ਜੋ ਵੀ ਯਹਾਂ ਰਹੇਗਾ ਵੋ ਆਪਣੇ ਆਪ ਕੋ ਹਿੰਦੂ ਮਾਨੇਗਾ। ਔਰ ਉਹਦੇ 'ਚ ਕੋਈ ਇੱਕ ਸਟੇਟਮੈਂਟ ਨਹੀਂ ਹੈ। ਬਾਰ ਬਾਰ RSS ਦਾ ਮੁਖੀ ਮੋਹਨ ਭਾਗਵਤ 5-6 ਵਾਰ ਪੰਜਾਬ ਆਏ, ਉਹ ਬਾਰ ਬਾਰ ਇਹ ਕਹਿੰਦੇ ਨੇ ਕਿ ਜੀ ਇਹ ਸਿੱਖ ਬੋਧੀ ਜੈਨੀ ਇਹ ਤਾਂ ਹਿੰਦੂ ਹੈ ਹੀ ਨੇ, ਮੁਸਲਮਾਨ ਔਰ ਈਸਾਈ ਇਹਨਾਂ ਨੂੰ ਵੀ ਹਿੰਦੂ ਬਣਾਉਣਾ, ਕਿਉਂਕਿ ਵਰ੍ਹਾ 2014 ਦੀ ਅਸੀਂ ਗੱਲ ਕਰ ਰਹੇ। ਭਾਈ ਗੁਰਬਖਸ਼ ਸਿੰਘ ਜੀ ਨੇ ਜਦੋਂ ਪਿਛਲੇ ਵਰ੍ਹੇ ਵੀ ਵਰਤ ਰੱਖਿਆ ਸੀ ਅਤੇ ਮੰਗਾਂ ਇਹੀ ਸਨ ਕਿ ਤੁਹਾਡੇ ਕਾਂਸਟੀਟਿਊਸ਼ਨ ਨੇ ਜਿਨ੍ਹਾਂ ਨੂੰ ਅਪਰਾਧੀ ਮੰਨਿਆ, ਜਿਨ੍ਹਾਂ ਦੇ ਲਈ ਤੁਹਾਡੇ ਸੰਵਿਧਾਨ ਦੇ ਤਹਿਤ ਤੁਹਾਡੇ ਜੱਜਾਂ ਕੋਲ ਵੱਧ ਤੋਂ ਵੱਧ ਸਜ਼ਾਵਾਂ ਦੇ ਸਕਦੇ ਸਨ, ਉਮਰ ਕੈਦ 14 ਸਾਲ, 16 ਸਾਲ, 18 ਸਾਲ, ਉਹ ਉਹਨਾਂ ਨੇ ਦਿੱਤੀਆਂ। ਉਹ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਰਹਿੰਦਿਆਂ ਉਹਨਾਂ ਤੰਗ ਦਸਤੀਆਂ ਦੀ ਹਾਲਤ ਦੇ ਵਿੱਚ ਵੀ ਜਿਹੜੀ ਪੂਰੀ ਕੀਤੀ ਹੈ, ਅਤੇ ਹੁਣ ਇਹ ਸੰਵਿਧਾਨਕ ਮੰਗ ਹੈ ਕਿ ਇਹਨਾਂ ਨੂੰ ਛੱਡਿਆ ਜਾਏ। ਉਦੋਂ ਵੀ ਕੰਨਾਂ 'ਤੇ ਜੂਨ ਹੈ ਸਰਕੀ, ਜਥੇਦਾਰ ਅਕਾਲ ਤਖਤ ਸਾਹਿਬ ਇਨਵੋਲਵ ਹੋਏ, ਔਰ ਇਸ ਗੱਲ ਦਾ ਅਫਸੋਸ ਹੈ। ਇਸ ਨਵੇਂ ਵਰ੍ਹੇ ਦੀ ਆਮਦ 'ਤੇ ਮੈਂ ਕੋਈ ਬਹੁਤ ਕ੍ਰਿਟੀਕਲ ਐਪਰੋਚ ਨਹੀਂ ਲੈਣਾ ਚਾਹੁੰਦਾ, ਤੁਸੀਂ ਵਾਕਫ ਹੋ, ਅਖਬਾਰਾਂ ਵੀ ਪੜ੍ਹਦੇ ਹੋ, ਡੇ ਟੂ ਡੇ ਐਕਟੀਵਿਟੀਜ਼ ਵੱਲ ਵੀ ਦੇਖ ਰਹੇ ਹੋ ਕਿ ਜਿਸ ਥਾਂ ਤੋਂ ਅਸੀਂ ਅਗਵਾਈ ਦੀ ਆਸ ਕਰਦੇ, ਜਿਸ ਥਾਂ ਦੇ ਨਾਲ ਅਕਾਲੀ ਫੂਲਾ ਸਿੰਘ ਵਰਗੀ ਸ਼ਖਸੀਅਤ ਸਾਨੂੰ ਅਰਦਾਸ ਦੀ ਅਹਿਮੀਅਤ ਸਮਝਾਉਂਦੀ ਹੈ, ਅਤੇ ਉਸ ਥਾਂ ਦੇ ਸੇਵਾਦਾਰ ਉਸ ਥਾਂ ਨਾਲ ਜੁੜੇ ਹੋਏ, ਜੇ ਉਹ ਇਕਰਾਰ ਵੀ ਨਾ ਰੱਖ ਸਕਣ, ਕੋਈ ਪੁੱਛ ਸਕਦੇ ਕਿ ਭਾਈ ਹੁਣ ਤੁਸੀਂ ਬਿਆਨ ਵੀ ਦੇ ਰਹੇ ਹੋ, ਹੁਣ 7 ਚੀਫ ਮਿਨਿਸਟਰਾਂ ਨੂੰ ਵੀ ਲਿਖਿਆ ਗਿਆ ਕਿ ਇਹਨਾਂ ਨੂੰ ਛੱਡੋ, ਹੁਣ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਵੀ ਹੋ ਗਈ ਕਿ ਛੱਡਿਆ ਜਾਏ, ਇਹ 1 ਸਾਲ ਦਾ ਪੀਰੀਅਡ ਕੀ ਛੋਟਾ ਪੀਰੀਅਡ ਸੀ? ਕੋਈ ਵੀ ਕਾਨੂੰਨੀ ਕਾਰਵਾਈ ਵੀ ਕਰਨੀ ਹੁੰਦੀ ਪੈਟੀਸ਼ਨਸ ਦੇ ਲਈ, ਅਕਾਲ ਤਖਤ ਸਾਹਿਬ ਆਵਾਜ਼ ਦੇ ਦੁਨੀਆ ਭਰ ਦੇ ਬੈਸਟ ਅਟਾਰਨੀ ਅਵੇਲੇਬਲ ਹੋ ਸਕਦੇ ਨੇ, ਲੇਕਿਨ ਜਦੋਂ ਅਸੀਂ ਹਰ ਸਥਿਤੀ 'ਚੋਂ ਸਿਰਫ ਛੋਟਾ ਸਿਆਸੀ ਲਾਭ ਲੈਣਾ ਹੋਏ ਤਾਂ ਫਿਰ ਇਹੋ ਜਿਹਾ ਹੀ ਕੁਝ ਵਾਪਰਦਾ। ਸਮੇਂ ਦੇ ਹਵਾਲੇ ਨਾਲ ਜੇ ਗੱਲ ਕਰੀਏ ਕਿ 47 ਦੇ ਵਿੱਚ ਵੀ ਇਸ ਕਿਸਮ ਦੀ ਲੀਡਰਸ਼ਿਪ ਸਾਡੇ ਜ਼ਿੰਮੇ, ਜਿਨ੍ਹਾਂ ਨੇ ਉਹ ਇਸ ਕਿਸਮ ਦੀ ਗੁਲਾਮੀ ਲਿਆ ਧਰੀ, ਜਿਸ ਬਾਰੇ ਇੱਕ ਅਪਲਟ ਮੈਂ ਅਕਸਰ ਦੁਹਰਾਉਂਦਾ ਕਿ ਉਹ ਵਕਤ ਵੀ ਦੇਖਾ ਤਾਰੀਖ ਕੀ ਘੜੀਓ ਨੇ, ਜਬ ਲਮਹੋ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ। ਅੱਜ ਅਸੀਂ ਉਸ ਮੁਕਾਮ 'ਤੇ ਆ ਕੇ ਖੜ੍ਹੇ ਕਿ ਅੱਜ ਸਵਾਲ ਇਹ ਨਹੀਂ ਹੈ ਕਿ ਸਾਡੀ ਪੱਗ ਦਾ ਰੰਗ ਕੇਸਰੀ ਹੈ, ਨੀਲਾ, ਕਾਲਾ, ਚਿੱਟਾ। ਅੱਜ ਤਾਂ ਸਵਾਲ ਇਹ ਹੈ ਕਿ ਕੀ ਉਸ ਨਕਸ਼ੇ ਦੇ ਵਿੱਚ
ਅਸੀਂ ਇੱਕ ਸਿੱਖ ਕੌਮ ਦੇ ਨਾਤੇ ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਅੱਜ ਗੱਲ ਇੱਥੇ ਆ ਕੇ ਖੜੀ ਹੈ ਕਿ ਕੀ ਉਸ ਨਕਸ਼ੇ ਦੇ ਵਿੱਚ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਮਤ, ਅਸੀਂ ਦੁਨੀਆ ਦੇ ਨਕਸ਼ੇ ਤੇ ਪੰਜਵਾਂ ਵੱਡਾ ਧਰਮ ਜਿਸ ਨੂੰ ਇੰਟਰਨੈਸ਼ਨਲ ਮਾਨਤਾ ਹਾਸਲ ਹੈ, ਉੱਥੇ ਅਸੀਂ ਆਪਣੀ ਹੋਂਦ ਵੀ ਕਾਇਮ ਰੱਖ ਸਕਾਂਗੇ ਕਿ ਨਹੀਂ? ਅੱਜ ਸਵਾਲ ਇੱਥੇ ਆ ਕੇ ਖੜੇ। ਅੱਜ ਸਾਡਾ ਸਾਰਿਆਂ ਦਾ ਧਿਆਨ ਲਖਨੌਰ ਸਾਹਿਬ ਦੇ ਉਸ ਮੁਕਾਮ ਵਾਲੇ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਵਰਤ ਨੂੰ, 47-48 ਦਿਨ ਬੀਤ ਗਏ ਨੇ, ਬਿਆਨਬਾਜ਼ੀਆਂ ਹੋ ਰਹੀਆਂ ਨੇ, ਗੁੰਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ, ਪਰ ਕੋਈ ਵੀ ਪ੍ਰੈਕਟੀਕਲ ਅਮਲ ਦਰਾਮਦ ਦਾ ਕੰਮ ਉੱਥੇ ਨਜ਼ਰ ਨਹੀਂ ਆਉਂਦਾ। ਔਰ ਜਿਵੇਂ ਮੈਂ ਹਮੇਸ਼ਾ ਡਾਇਸਪੋਰਾ ਸਿੱਖਾਂ 'ਤੇ ਮਾਣ ਕਰਦੇ, ਔਰ ਜਿਸ ਅੱਜ ਦਿਹਾੜੇ ਦੇ ਉੱਤੇ ਮੈਂ ਸੰਬੋਧਨ ਕਰ ਰਿਹਾ, ਇਹ ਈਸਟ ਕੋਸਟ ਦੀ ਸਭ ਤੋਂ ਪੁਰਾਣੀ ਇਤਿਹਾਸਕ ਸੁਸਾਇਟੀ ਹੈ, ਇਤਿਹਾਸਕ ਗੁਰੂ ਘਰ ਹੈ। ਇੱਥੋਂ ਹਮੇਸ਼ਾ ਹੀ ਪੰਥ ਦੇ ਲਈ, ਖਾਲਿਸਤਾਨ ਦੇ ਲਈ ਜਿੰਨੇ ਡੈਮੋਨਸਟ੍ਰੇਸ਼ਨ ਹੁੰਦੇ ਰਹੇ ਨੇ ਪਿਛਲੇ 30 ਸਾਲ ਤੋਂ, ਅਸੀਂ ਲਗਭਗ ਦੇਖਦੇ ਹਾਂ ਇਹਨਾਂ ਦੇ ਕੋਲ ਲੀਡਰਸ਼ਿਪ ਰੋਲ ਹੈ। ਅਤੇ ਅੱਜ ਸਿੱਖ ਸੰਗਤ ਸਾਰੇ ਡਾਇਸਪੋਰਾ 'ਚ, ਕੈਨੇਡਾ ਹੋਏ, ਓਟਵਾ ਦੇ ਵਿੱਚ ਚੇਨ ਹੰਗਰ ਸਟ੍ਰਾਈਕ ਚੱਲ ਰਹੀ ਹੈ, ਇਟਲੀ ਹੋਏ, ਜਰਮਨ ਹੋਏ, ਇੰਗਲੈਂਡ ਹੋਏ, ਅੱਜ 30 ਲੱਖ ਤੋਂ ਜ਼ਿਆਦਾ ਸਿੱਖ ਜਿਹੜੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ, ਜਿਨ੍ਹਾਂ ਨੇ ਆਪਣੀ ਜ਼ਮੀਰ ਦਿੱਲੀ ਦੇ ਹਾਕਮਾਂ ਕੋਲ ਨਹੀਂ ਵੇਚੀ ਹੋਈ, ਉਹ ਤਰਲੋ ਮੱਛੀ ਹੋ ਰਹੇ ਨੇ ਕਿ ਇੱਥੇ ਅਸੀਂ ਆਪਣੇ ਪਰਿਵਾਰਾਂ 'ਚ ਬੈਠ ਕੇ ਮੁਬਾਰਕਬਾਦ ਵੀ ਸ਼ੇਅਰ ਕਰ ਰਹੇ ਹਾਂ, ਵੰਨ ਸਵੰਨੇ ਅਸੀਂ ਪਕਵਾਨ ਵੀ ਜਿਹੜੇ ਹਰ ਥਾਂ ਦੇ ਉੱਤੇ ਬਣਾ ਰਹੇ ਹਾਂ ਜਾਂ ਇੰਜੋਏ ਕਰ ਰਹੇ ਹਾਂ, ਪਰ ਉਹ ਯੋਧਾ ਅੱਜ ਕਿੰਨੇ ਦਿਨਾਂ ਤੋਂ ਇਸ ਗੱਲ ਦੇ ਲਈ ਭੁੱਖੇ ਕਿ ਉਹ ਉਹਨਾਂ ਸਿੰਘਾਂ ਨੂੰ ਬਾਹਰ ਲਿਆ ਸਕੇ ਜਿਨ੍ਹਾਂ ਨੇ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਕਰ ਲਈਆਂ। ਔਰ ਸਿੱਖੀ ਦੇ ਹਵਾਲੇ ਨਾਲ ਇਹ ਕਾਨਸੈਪਟ ਅੱਜ ਤਾਂ ਅਸੀਂ ਆਪਣਿਆਂ ਦੇ ਲਈ ਤਰੱਦਦ ਕਰ ਰਹੇ ਹਾਂ, ਸਟਰਗਲ ਕਰ ਰਹੇ ਹਾਂ। ਕਦੇ ਇਮਨਾਬਾਦ ਸ਼ਹਿਰ 'ਚ ਜੇ ਗੁਰੂ ਨਾਨਕ ਸਾਹਿਬ ਨੂੰ ਬਾਬਰ ਨੇ ਹਿਰਾਸਤ ਦੇ ਵਿੱਚ ਲਿਆ ਸੀ, ਫਿਰ ਉਹਨਾਂ ਦਾ ਜਮਾਲ ਦੇਖਿਆ, ਉਹਨਾਂ ਦਾ ਜਲਾਲ ਦੇਖਿਆ, ਅਤੇ ਉਹਨਾਂ ਨੂੰ ਛੱਡਣ ਦੀ ਪੇਸ਼ਕਸ਼ ਕੀਤੀ, ਅਤੇ ਗੁਰੂ ਨਾਨਕ ਸਾਹਿਬ ਨੇ ਪ੍ਰੀ ਕੰਡੀਸ਼ਨ ਰੱਖੀ ਕਿ ਜਿੰਨੇ ਕੈਦੀ ਤੂੰ ਫੜੇ ਨੇ, ਜਿੰਨੇ ਅੰਦਰ ਨੇ, ਇਹ ਸਾਰਿਆਂ ਨੂੰ ਰਿਲੀਜ਼ ਕਰ, ਸ਼ਹਿਰ ਦੇ ਵਿੱਚ ਅਗਜ਼ਨੀ ਲੁੱਟਮਾਰ ਬੰਦ ਕੀਤੀ ਜਾਏ। ਬੰਦੀ ਛੋੜ ਦੇ ਹਵਾਲੇ ਨਾਲ ਅਸੀਂ ਇਤਿਹਾਸ ਨੂੰ ਯਾਦ ਕਰਦੇ ਕਿ ਜੇ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾਅ ਕਰਨ ਦਾ ਫਾਈਨਲੀ ਜਹਾਂਗੀਰ ਨੇ ਫੈਸਲਾ ਕੀਤਾ, ਅਤੇ ਪ੍ਰੀ ਕੰਡੀਸ਼ਨ ਗੁਰੂ ਸਾਹਿਬ ਨੇ ਰੱਖੀ ਕਿ ਇਹ 52 ਰਾਜੇ ਜਿਹੜੇ ਪੋਲੀਟੀਕਲ ਡਿਸੀਡੈਂਟ ਨੇ, ਜਿਹੜੇ ਰਾਜਸੀ ਵਿਚਾਰਾਂ ਕਰਕੇ ਅਸਾਮ ਤੋਂ ਲੈ ਕੇ ਕਹਿਲੂਰ ਤੱਕ ਦੇ ਰਾਜੇ ਉਸ ਦੇ ਵਿੱਚ ਸ਼ਾਮਿਲ ਸਨ, ਔਰ ਇਹ ਪ੍ਰੀ ਕੰਡੀਸ਼ਨ ਰੱਖੀ ਕਿ ਪਹਿਲਾਂ ਇਹਨਾਂ ਨੂੰ ਰਿਹਾਅ ਕੀਤਾ ਜਾਏ, ਮੈਂ ਫਿਰ ਹੀ ਇਸ ਕੈਦ 'ਚੋਂ ਬਾਹਰ ਆਵਾਂਗਾ। ਅਤੇ ਅੱਜ ਖਾਲਸਾ ਜੀ ਇਸ ਨਵੇਂ ਵਰ੍ਹੇ ਦੀ ਆਮਦ ਮੌਕੇ ਉਹਨਾਂ ਸਾਰਿਆਂ ਸਿੰਘਾਂ ਸਿੰਘਣੀਆਂ ਨੂੰ ਆਪਣੀ ਯਾਦ ਵਿੱਚ ਲਿਆਈਏ ਜਿਨ੍ਹਾਂ ਨੇ ਪੰਜਾਬ ਦੀ ਧਰਤੀ 'ਤੇ 84 ਦਾ ਹਮਲਾ ਟੈਂਕਾਂ ਤੋਪਾਂ ਨਾਲ ਹੋਇਆ, ਅਤੇ ਕਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਲਵੇ ਦੀ ਪੋਏ 'ਤੇ ਇਹ ਸਦ ਕਹੀ ਸੀ
ਕਿ ਲੱਖੀ ਜੰਗਲ ਖਾਲਸਾ ਆਣ ਦਿਤਾਰ ਆਣ ਦਿਦਾਰ ਦਿੱਤੋ ਨੇ ਸੁਣ ਕੇ ਸਦ ਮਾਹੀ ਦਾ ਮੈਂ ਘਾਹ ਪਾਣੀ ਮੂਤੋ ਨੇ ਕਿਸੇ ਨਾਲ ਨਾ ਰਲੀਆ ਕਾਈ ਕੋਈ ਜੋ ਸ਼ੌਂਕ ਪਿਓ ਨੇ ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਂ ਹੀ ਸ਼ੁਕਰ ਕੀਤੋ ਨੇ ਕਦੇ ਉਹ ਅਕਾਲ ਤਖ਼ਤ 'ਤੇ ਟੈਂਕਾਂ ਤੋਪਾਂ ਦੇ ਵੱਜਦੇ ਗੋਲੇ ਇਹਨਾਂ ਗੁਰਸਿੱਖਾਂ ਨੂੰ ਇਹਨਾਂ ਭੈਣਾਂ ਨੂੰ ਇਵੇਂ ਮਹਿਸੂਸ ਹੋਏ ਜਿਵੇਂ ਸਮੁੱਚੀ ਕੌਮ ਨੇ ਮਹਿਸੂਸ ਕੀਤਾ ਕਿ ਉਹਨਾਂ ਦੇ ਵਜੂਦ 'ਤੇ ਪੈ ਰਹੇ ਨੇ ਹਲ ਪੰਜਾਲੀਆਂ ਛੱਡ ਦਿੱਤੇ ਕਾਰੋਬਾਰ ਛੱਡ ਦਿੱਤੇ ਪਰ ਜਵਾਨੀਆਂ 'ਚ ਆਪਣੇ ਮਾਤਾ ਪਿਤਾ ਨੂੰ ਫਤਿਹ ਬੁਲਾ ਕੇ ਘਰੋਂ ਨਿਕਲ ਤੁਰੇ ਤਾਂ ਕਿ ਇਸ ਖੰਡਰਾਤ ਬਣਾ ਦਿੱਤੇ ਗਏ ਅਕਾਲ ਤਖ਼ਤ ਨੂੰ ਇਸ ਦੇ ਸਵੈਮਾਣ ਨੂੰ ਇਸ ਚਾਰ ਸਦੀਆਂ ਦੇ ਤਖ਼ਤ ਨੂੰ ਇਸ ਦਿੱਲੀ ਤਖ਼ਤ ਤੋਂ ਉੱਚੇ 2 ਫੁੱਟ ਉੱਚੇ ਤਖ਼ਤ ਨੂੰ ਜਿਹੜਾ ਸਮੇਂ ਦੀ ਜ਼ਦ ਦੇ ਵਿੱਚ ਨਹੀਂ ਹੈ ਜਿਹੜਾ ਅਕਾਲ ਦਾ ਤਖ਼ਤ ਹੈ ਥਰੋਨ ਆਫ ਦਾ ਇਮੋਰਟਲ ਹੈ ਜੇ ਇਹ ਯੋਧੇ ਨਾ ਤੁਰੇ ਹੁੰਦੇ ਜੇ ਸ਼ਹੀਦ ਬੇਅੰਤ ਸਿੰਘ ਸ਼ਹੀਦ ਸਤਵੰਤ ਸਿੰਘ ਨਾ ਹੁੰਦੇ ਜੇ ਸਾਡੇ ਜਿੰਦੇ ਸੁੱਖੇ ਨਾ ਹੁੰਦੇ ਜੇ ਅੱਜ ਸਾਡੇ ਹਵਾਰੇ ਰਾਜੋਆਣੇ ਨਾ ਹੋਣ ਤੇ ਫਿਰ ਯਾਦ ਰੱਖੀਏ ਕਿ ਕਿਉਂ ਜਿਹੀ ਸਿੱਖੀ ਦੇ ਵਾਰਸ ਅਸੀਂ ਕਹਾਣਾ ਸੀ ਕਿਉਂ ਜਿਹਾ ਅਸੀਂ ਸਰਦਾਰ ਸਾਹਿਬ ਤੇ ਦੂਸਰਾ ਕਹਾਣ ਦਾ ਹੱਕ ਰੱਖਦੇ ਕੁਝ ਸ਼ਹੀਦੀਆਂ ਪਾ ਗਏ ਕੁਝ ਜੂਝਦੇ ਰਹੇ ਜੇਲ੍ਹਾਂ ਦੇ ਵਿੱਚ ਡੱਕੇ ਗਏ ਜੇਲ੍ਹਾਂ ਅੰਦਰ ਚਲੇ ਗਏ ਪਿਛਲੇ ਦਿਨਾਂ 'ਚ ਭਾਈ ਹਵਾਰਾ ਨੂੰ ਜਦੋਂ ਦਿੱਲੀ ਦੇ ਵਿੱਚ ਪੇਸ਼ ਕੀਤਾ ਗਿਆ ਹੱਥਾਂ ਵਿੱਚ ਹੱਥਕੜੀਆਂ ਨੇ ਪੈਰਾਂ ਵਿੱਚ ਬੇੜੀਆਂ ਨੇ ਪੁਰਾਣੇ ਇਤਿਹਾਸ ਨੂੰ ਅਸੀਂ ਯਾਦ ਕਰਦੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 700 ਸਿੰਘ ਗੁਰਦਾਸ ਨੰਗਲ ਦੀ ਗੜੀ 'ਚੋਂ ਦਿੱਲੀ ਤੱਕ ਪੈਰੇਡ ਕਰਵਾਈ ਜਾਂਦੀ ਹੈ ਉਹਨਾਂ ਦੀ ਦਿੱਲੀ 'ਚੋਂ ਗੁਜ਼ਰ ਰਹੇ ਨੇ ਲੋਕ ਵੱਟੇ ਮਾਰ ਰਹੇ ਨੇ ਇਨਸਲਟਿੰਗ ਗੱਲਾਂ ਕਹਿ ਰਹੇ ਨੇ ਉਹਨਾਂ ਨੇ ਕੜੀਆਂ ਨੂੰ ਛੈਣੇ ਬਣਾਇਆ ਬੇੜੀਆਂ ਦੇ ਨਾਲ ਹੀ ਉਹ ਸ਼ਬਦ ਪੜ੍ਹਦੇ ਆ ਜਾਂਦੇ ਨੇ ਅਤੇ ਅੱਜ ਸਾਡੇ ਸਾਹਮਣੇ ਹਵਾਰੇ ਵਰਗੇ ਉਹ ਮੂਰਤੀਮਾਨ ਨੇ ਉਹ ਸਿੱਖੀ ਕਰੈਕਟਰ ਦਾ ਕਿ ਸਿੱਖੀ ਅਣਖ ਕਿਹਨੂੰ ਕਹਿੰਦੇ ਨੇ ਸਿੱਖੀ ਗੈਰਤ ਕਿਹਨੂੰ ਕਹਿੰਦੇ ਨੇ ਔਰ ਮੈਂ ਸਮਝਦਾ ਕਿ ਇਹ ਸਾਡਾ ਇਖਲਾਕੀ ਫਰਜ਼ ਹੈ ਅਸੀਂ ਖਾਲਸਾ ਪੰਥ ਸਾਰਾ ਪੰਥ ਇੱਕ ਪਰਿਵਾਰ ਹੈ ਦੋ ਵੇਲੇ ਦੀ ਅਰਦਾਸ 'ਚ ਅਸੀਂ ਪੜ੍ਹਦੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਕਿ ਹੇ ਅਕਾਲ ਪੁਰਖ ਜਿੱਥੇ ਜਿੱਥੇ ਵੀ ਇਹ ਖਾਲਸੇ ਉਸ ਦੇ ਉੱਤੇ ਰੱਛਿਆ ਕਰਨੀ ਪ੍ਰੋਟੈਕਸ਼ਨ ਦੇਣੀ ਰਿਆਇਤ ਕਰਨੀ ਉਸ 'ਤੇ ਕਨਸੈਸ਼ਨ ਦੇਣਾ ਅਤੇ ਇਹ ਸਾਡਾ ਫਰਜ਼ ਹੈ ਕਿ ਇਸ ਸੰਘਰਸ਼ ਨੂੰ ਇੱਕ ਪਾਸੇ 30 ਸਾਲ ਸਾਨੂੰ ਲੱਗਦੇ ਨੇ ਕਿ ਭਾਰਤ ਦਾ ਗ੍ਰਹਿ ਮੰਤਰੀ ਬੇਸ਼ੱਕ ਵੋਟ ਰਾਜਨੀਤੀ ਹੈ ਫਰਵਰੀ ਦੇ ਵਿੱਚ ਦਿੱਲੀ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅੱਜ ਬੀਜੇਪੀ ਦੀ ਮਾਰ 'ਤੇ ਪੰਜਾਬ ਵੀ ਹੈ ਉਹ ਭੁੱਲ ਗਏ ਸਿੱਖਾਂ ਦੇ ਸਾਰੇ ਪਰਉਪਕਾਰ ਉਹਨਾਂ ਨੂੰ ਲੱਗਦਾ ਹੈ ਕਿ ਵੀ ਜਿਵੇਂ ਸਾਰਾ ਭਾਰਤ ਫਤਿਹ ਕੀਤਾ ਪੰਜਾਬ ਦੇ ਉੱਤੇ ਅੱਜ ਇਵੇਂ ਟੁੱਟ ਕੇ ਪੈ ਗਏ ਨੇ ਜਿਵੇਂ ਕਦੇ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ ਕਦੇ ਸਿੱਖ ਰਾਜ ਨੂੰ ਡਿਸਟਰੋਏ ਕਰਨ ਦੇ ਲਈ ਐਵੇਂ ਨਹੀਂ ਉਹਨੂੰ ਬੇਸ਼ੱਕ ਅੱਜ ਅਸੀਂ ਉਸ ਨੂੰ ਜੰਗਨਾਮਾ ਸਿੰਘਾਂ ਫਰੰਗੀਆਂ ਕਹਿੰਦੇ ਹਾਂ ਪਰ ਇਸ ਦਾ ਮੂਲ ਨਾਮ ਜੰਗ ਹਿੰਦ ਪੰਜਾਬ ਸੀ
ਤੇ ਜਦੋਂ ਉਸਨੇ ਕਿਹਾ ਸੀ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਅੱਜ ਫਿਰ ਰੈਸਟ ਆਫ ਦਾ ਹਿੰਦ, ਸਾਰੇ ਪੂਰਬੀ ਦੱਖਣੀ ਪੰਜਾਬ ਨੂੰ ਦੁਬੈਲ ਬਣਾਉਣ ਦੇ ਲਈ ਪੰਜਾਬ ਦੀ ਧਰਤੀ ਤੋਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਸ ਸਰਬੱਤ ਦੇ ਭਲੇ ਦੇ ਪੰਥ ਦੀ ਆਵਾਜ਼ ਨੂੰ ਗਿਗਲ ਕਰਕੇ ਉਸ ਦੀ ਥਾਂ 'ਤੇ ਹਿੰਦੂਤਵਾ ਦਾ ਝੰਡਾ ਲਹਿਰਾਉਣਾ ਚਾਹੁੰਦੇ ਨੇ। ਇਹ ਚੈਲੇਂਜ ਬੜੀ ਸਪਸ਼ਟਤਾ ਦੇ ਨਾਲ ਸਾਡੇ ਸਾਹਮਣੇ ਹੈ। ਅੱਜ ਮੰਨਦੇ ਨੇ 30 ਸਾਲ ਬਾਅਦ ਕਿ ਇਹ ਜੈਨੋਸਾਈਡ ਸੀ, ਔਰ ਅਸੀਂ ਬੜੇ ਇਸ ਗੱਲ ਦੇ ਲਈ ਆਪਣੇ ਆਪ ਨੂੰ ਖੁਸ਼ ਵੀ ਮਹਿਸੂਸ ਕਰਦੇ ਹਾਂ ਜੀ, ਚਲੋ ਇੱਕ ਸਟੈਪ ਤਾਂ ਫਾਰਵਰਡ ਗਿਆ। ਪਰ ਦੁਨੀਆ ਦੇ ਵਿੱਚ ਜਦੋਂ ਸੰਘਰਸ਼ ਦੀ ਗੱਲ ਹੁੰਦੀ ਹੈ, HS ਫੁਲਕਾ ਨੇ ਬਿਲਕੁਲ ਠੀਕ ਕਿਹਾ, ਉਸਨੇ ਕਿਹਾ ਕਿ ਹੁਣ ਜੇ ਮੰਨੇ ਤੇ ਜਿਹੜੇ ਇੰਟਰਨੈਸ਼ਨਲ ਜੈਨੋਸਾਈਡਲ ਲਾਅ ਨੇ, ਜਿਹੜੇ ਜੈਨੋਸਾਈਡ ਕਰਨ ਵਾਲਿਆਂ ਦੇ ਉੱਤੇ ਲਾਗੂ ਹੁੰਦੇ ਨੇ, ਉਹਨਾਂ ਨੂੰ ਜਿਹੜਾ ਇੰਪਲੀਮੈਂਟ ਕੀਤਾ ਜਾਏ। ਸਟਰਗਲ ਸਿਰਫ ਇੱਕ ਨੁਕਤੇ 'ਤੇ ਨਹੀਂ ਹੈ, ਸਟਰਗਲ ਸਾਡੀ ਬੇਸਿਕ ਸਰਵਾਈਵਲ ਦੇ ਲਈ ਹੈ। ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਬਾਹਰ ਬੈਠੇ ਯਹੂਦੀਆਂ ਨੇ ਇਜ਼ਰਾਈਲ ਦੀ ਕਾਇਮੀ ਦੇ ਵਿੱਚ ਸੈਂਟਰਲ ਰੋਲ ਅਦਾ ਕੀਤਾ ਸੀ, ਠੀਕ ਇਸੇ ਲਾਈਨ ਦੇ ਉੱਤੇ ਡਾਇਸਪੋਰਾ ਸਿੱਖ ਜਿਹੜੇ ਕਿ ਦੁਨੀਆ ਭਰ ਦੇ ਵਿੱਚ ਬੈਠੇ ਨੇ, ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਜੋ ਕੁਝ ਵਾਪਰ ਰਿਹਾ ਹੈ ਉਸ ਬਾਰੇ ਬਾਖੂਬੀ ਇਲਮ ਰੱਖਦੇ ਨੇ। ਬੇਸ਼ੱਕ ਮਤਭੇਦ ਹੋ ਸਕਦੇ ਨੇ, ਔਰ ਮੈਂ ਅਕਸਰ ਇਹ ਗੱਲ ਕਹਿੰਦੇ, ਅਮਰੀਕਨਾਂ ਦਾ ਇੱਕ ਜਨਰਲ ਜਿਹਾ ਰੂਲ ਆਫ ਦਾ ਥੰਬ ਹੈ ਕਿ ਵੀ ਐਗਰੀ ਟੂ ਡਿਸਐਗਰੀ, ਕਿ ਅਸੀਂ ਇਸ ਗੱਲ ਨਾਲ ਸਹਿਮਤ ਹੁੰਦੇ ਹਾਂ ਕਿ ਅਸੀਂ ਅਸਹਿਮਤ ਹੋ ਸਕਦੇ। ਹਰ ਨੁਕਤੇ 'ਤੇ ਹਰ ਕੋਈ ਸਹਿਮਤ ਨਹੀਂ ਹੁੰਦਾ, ਪਰਿਵਾਰਾਂ ਦੇ ਵਿੱਚ ਵੀ ਮਤਭੇਦ ਹੁੰਦੇ ਨੇ, ਪਰ ਜੇ ਅਸੀਂ ਗੁਰੂ ਗ੍ਰੰਥ ਗੁਰੂ ਪੰਥ ਦੇ ਕਾਨਸੈਪਟ ਦੀ ਗੱਲ ਕਰਦੇ ਹਾਂ, ਜੇ ਅਸੀਂ ਇਸ ਵਿਸ਼ਵਾਸ ਦੀ ਇਸ ਸਿਧਾਂਤ ਦੀ ਗੱਲ ਕਰਦੇ ਹਾਂ ਕਿ ਪਿਤਾ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਸੀਂ ਅਨੰਦਪੁਰ ਦੇ, ਫਿਰ ਇਹ ਛੋਟੇ ਮੋਟੇ ਮਤਭੇਦ ਸਾਡੇ ਰਸਤੇ ਦੀ ਰੁਕਾਵਟ ਨਹੀਂ ਬਣ ਸਕਦੇ। ਅਸੀਂ ਉਸ ਅਨੰਦਪੁਰ ਦੇ ਵਾਸੀ ਹਾਂ। ਕਦੇ ਸੰਤ ਪਿੰਡਰਾਂ ਵਾਲਿਆਂ ਨੂੰ ਕਿਸੇ ਨੇ ਕਿਹਾ ਸੀ ਕਿ ਜੀ ਅਸੀਂ ਲਾਇਸੈਂਸ ਅਪਲਾਈ ਕੀਤਾ ਸੀ, ਸਾਨੂੰ ਦਿੱਤਾ ਨਹੀਂ ਹੈ, ਤੇ ਉਹਨਾਂ ਨੇ ਕਿਹਾ ਸੀ ਕਿ ਕੀ ਦਸਵੇਂ ਪਾਤਸ਼ਾਹ ਨੇ ਔਰੰਗਜ਼ੇਬ ਤੋਂ ਲਾਇਸੈਂਸ ਮੰਗੇ ਸਨ। ਔਰ ਮੇਰੇ ਲਈ ਇੱਕ ਬੜੀ ਦੁਖਦ ਪਿਕਚਰ ਸੀ ਜਦੋਂ ਮੈਂ ਕੱਲ ਪਰਸੋਂ ਦੇਖਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ, 3 ਫੁੱਟੀ ਕਿਰਪਾਨ ਹੈ ਉਹਨਾਂ ਦੇ ਹੱਥ, ਉਹ ਇੱਕ ਡੈਲੀਗੇਸ਼ਨ ਦੇ ਨਾਲ ਰਾਜਨਾਥ ਸਿੰਘ ਨੂੰ ਮੰਗ ਪੱਤਰ ਦੇ ਰਹੇ ਨੇ। ਮੈਂ ਸਮਝਦਾ ਵੀ ਸਾਡੀ ਸਟਰੈਂਥ, ਸਾਡੇ ਤਖ਼ਤ ਥਰੋਨ ਨੇ, ਪਾਵਰ ਹੈ, ਤਖ਼ਤ 'ਚੋਂ ਪਾਵਰ ਨਿਕਲਦੀ ਹੈ। ਬੇਸ਼ੱਕ ਅਸੀਂ ਆਪਣਾ ਸੰਘਰਸ਼ ਜਾਰੀ ਰੱਖੀਏ, ਤਖ਼ਤਾਂ ਦਾ ਸਾਡਾ ਮਾਣ ਸਨਮਾਨ ਬਹਾਲ ਰਹਿਣਾ ਚਾਹੀਦਾ ਹੈ, ਸਾਡੇ ਸਾਹਮਣੇ ਆਪਣਾ ਨਿਸ਼ਾਨਾ ਕਦੇ ਵੀ ਡਾਇਲੂਟ ਨਹੀਂ ਹੋਣਾ ਚਾਹੀਦਾ। ਕੋਈ ਸਿਆਸੀ ਤੌਰ 'ਤੇ ਸਹਿਮਤ ਹੈ, ਨਹੀਂ ਸਹਿਮਤ, ਔਰ 2015 ਦੇ ਵਰ੍ਹੇ 'ਚ ਇਸ ਸੰਘਰਸ਼ ਨੂੰ ਅੱਗੇ ਤੋਰੀਏ। ਭਾਈ ਗੁਰਬਖਸ਼ ਸਿੰਘ ਹੋਰਾਂ ਦੀਆਂ ਜਿਹੜੀਆਂ ਜੈਨੂਇਨ ਡਿਮਾਂਡਸ ਨੇ, ਉਹਨਾਂ ਦੇ ਲਈ ਵੱਧ ਤੋਂ ਵੱਧ ਡਾਇਸਪੋਰਾ ਸਿੱਖ ਮਦਦਗਾਰ ਹੋਣ। ਜਿਹੜੇ ਦੂਸਰੇ ਚੈਲੇਂਜਸ ਇੰਟਰਨੈਸ਼ਨਲੀ ਸਾਡੇ ਸਾਹਮਣੇ ਨੇ ਇਸ ਵਰ੍ਹੇ 'ਚ, ਜਿਵੇਂ ਜੂਨ 84 ਘੱਲੂਘਾਰ, ਨਵੰਬਰ 84 ਘੱਲੂਘਾਰੇ ਦੀ 30ਵੀਂ ਦੁਖਦ ਯਾਦ ਨੂੰ ਦੁਨੀਆ ਭਰ 'ਚ ਸਿੱਖਾਂ ਨੇ ਮਨਾਇਆ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਯੰਗਰ ਜਨਰੇਸ਼ਨ, ਉਹ ਬੱਚੇ ਬੱਚੀਆਂ
ਜਿਹੜੇ ਪਿਛਲੇ 30 ਸਾਲ ਦੇ ਵਿੱਚ ਪੈਦਾ ਹੋਏ ਉਹਨਾਂ ਨੇ ਘੱਲੂਘਾਰੇ ਦੇਖੇ ਨਹੀਂ ਹੋਏ, ਉਹ ਅੱਜ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਅੱਜ ਪੰਥਕ ਆਜ਼ਾਦੀ ਦੀ ਗੱਲ ਸਾਹਮਣੇ ਹੈ। ਅਮਰੀਕਾ 'ਚ ਰਹਿੰਦੇ ਆ ਉਹਨਾਂ ਨੇ ਅੱਡ ਅੱਡ ਜਥੇਬੰਦੀਆਂ ਰਾਹੀਂ ਜਿਵੇਂ ਅਵੇਅਰਨੈਸ ਪੈਦਾ ਕੀਤੀ ਹੈ, ਜਿਵੇਂ ਅਮੈਰੀਕਨ ਸਿਸਟਮ 'ਚ ਆਪਣੀ ਥਾਂ ਬਣਾਈ ਹੈ, ਜਿਵੇਂ ਕੈਨੇਡਾ, UK, ਹਰ ਕੰਟਰੀ ਦੇ ਵਿੱਚ ਅੱਜ ਸਾਡੀ ਯੰਗਰ ਜਨਰੇਸ਼ਨ, ਔਰ ਅੱਜ ਹੀ ਭਾਈ ਗੁਰਬਖਸ਼ ਸਿੰਘ ਹੋਰਾਂ ਦੇ ਹਵਾਲੇ ਨਾਲ ਗੱਲ ਹੋ ਰਹੀ ਸੀ ਕਿ ਬੇਸ਼ੱਕ ਮਾਸ ਮੀਡੀਆ ਅੱਜ ਵੀ ਉਹਨਾਂ ਨੂੰ ਇਗਨੋਰ ਕਰ ਰਿਹਾ ਹੈ, ਪਰ ਇਹ ਸੋਸ਼ਲ ਮੀਡੀਆ, ਸੋਸ਼ਲ ਨੈਟਵਰਕਿੰਗ ਹੈ ਜਿਹਦੇ 'ਚ ਸਾਡੀ ਇਹ ਯੰਗਰ ਜਨਰੇਸ਼ਨ ਸਭ ਤੋਂ ਅੱਗੇ ਹੈ ਕਿ ਜਿਹਦੇ 'ਚ ਉਹਨਾਂ ਨੇ ਇਸ ਇਸ਼ੂ ਨੂੰ ਗਲੋਬਲੀ ਉਭਾਰਿਆ, ਔਰ ਇਸ ਦੇ ਨਾਲ ਅੱਜ ਦੁਨੀਆ ਭਰ 'ਚ ਬੈਠੀਆਂ ਸਿੱਖ ਸੰਗਤਾਂ ਜੁੜੀਆਂ ਨੇ। ਇਹ ਸਾਡੇ ਲਈ ਰੇ ਆਫ ਹੋਪ ਹੈ। ਮੈਂ ਸਮਾਂ ਸੀਮਾ ਨਹੀਂ ਉਲੰਘਣਾ ਚਾਹੁੰਦਾ ਕਿਉਂਕਿ ਇੰਤਜ਼ਾਰ ਕੀਰਤਨ ਦੀ ਹੁੰਦੀ ਹੈ ਕਿ ਗੁਰੂ ਜਸ ਗਾਇਨ ਕਰਦੇ ਹਾਂ ਅਸੀਂ ਉਸ ਨਵੇਂ ਵਰੇ ਨੂੰ ਜਿਹੜਾ ਖੁਸ਼ ਆਮਦੀਦ ਕਹੀਏ। ਪਰ ਇਹ ਗੱਲ ਮੈਂ ਜ਼ਰੂਰ ਕੰਕਲੂਡਿੰਗ ਦੇ ਵਿੱਚ ਕਹਾਂਗਾ ਕਿ ਸਾਡੇ ਸਾਹਮਣੇ ਸਾਡਾ ਆਸ਼ਾ ਕੌਮੀ ਅਣਕ, ਕੌਮੀ ਗੈਰਤ ਅਤੇ ਆਪਣਾ ਘਰ। ਔਰ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਇਹ ਪੰਜਾਬੀ ਦਾ ਇਹ ਅਖਾਣ ਯਾਦ ਕਰਵਾਉਂਦੇ ਕਿ ਜਦੋਂ ਕੋਈ ਸ਼ੇਰ 'ਤੇ ਵਾਰ ਕਰਦੇ ਅਤੇ ਸ਼ੇਰ ਵਾਪਸੀ ਜਦੋਂ ਦਹਾੜ ਕੇ ਪੈਂਦੇ ਅਤੇ ਉਸ ਹੱਥ ਨੂੰ ਪੈਂਦੇ ਜਿੱਥੋਂ ਗੋਲੀ ਆਈ ਹੈ ਜਾਂ ਜਿੱਥੋਂ ਹਮਲਾ ਹੋਏ, ਪਰ ਜਦੋਂ ਕੁੱਤੇ ਨੂੰ ਢੀਮ ਮਾਰੀ ਜਾਂਦੀ ਹੈ ਉਹ ਢੀਮ ਦੇ ਮਗਰ ਦੌੜਦੇ। ਅਸੀਂ ਇਸ ਗੱਲ ਦਾ ਜ਼ਰੂਰ ਧਿਆਨ ਕਰੀਏ ਕਿ ਇਹ ਜੋ ਕੁਝ ਇੱਕ ਤੋਂ ਬਾਅਦ ਇੱਕ ਹਥਿਆਰ ਦਿੱਲੀ ਦਰਬਾਰ ਵੱਲੋਂ ਪਿਛਲੇ 30 ਸਾਲਾਂ 'ਚ ਵਿਸ਼ੇਸ਼ ਤੌਰ 'ਤੇ ਸਿੱਖ ਕੌਮ ਦੀ ਪੂਰੀ ਨੇਸਤੋ ਨਾਬੂਦ ਨੀਤੀ ਦੇ ਤਹਿਤ ਵਰਤੇ ਗਏ ਨੇ, ਇਹਦੇ ਪਿੱਛੇ ਕੌਣ ਹੈ, ਇਹਦੀ ਤਾਕਤ ਕਿਹਦੇ ਹੱਥ 'ਚ ਹੈ, ਔਰ ਇਹ ਸਾਰਾ ਉਸ ਗੁਲਾਮੀ ਵਾਲੀ ਇਸ਼ਾਰਾ ਕਰਦੇ ਕਿ ਜਦੋਂ ਤੁਹਾਡੀ ਕਿਸਮਤ ਘੜਨ ਦਾ ਹੱਕ ਕਿਸੇ ਹੋਰ ਦੇ ਕੋਲ ਹੁੰਦੇ ਤਾਂ ਫਿਰ ਤੁਹਾਨੂੰ ਉਹਨਾਂ ਨੂੰ ਕਹਿਣਾ ਪੈਂਦਾ ਕਿ ਜੀ ਸਾਡਾ ਧਰਮ ਅੱਡ ਹੈ, ਇਹ ਮੰਨੋ, ਸਾਡੇ ਜਿਹੜੇ ਵੀਰਾਂ ਭੈਣਾਂ ਨੂੰ ਤੁਸੀਂ ਜੇਲ੍ਹਾਂ 'ਚ ਰੱਖਿਆ ਉਹਨਾਂ ਨੂੰ ਛੱਡੋ। ਜੇ ਇਹੋ ਜਿਹੀ ਹਾਲਤ ਹੈ ਤਾਂ ਫਿਰ ਜਵਾਬ ਇਸ ਦਾ ਮੁਕੰਮਲ ਆਜ਼ਾਦੀ ਦੇ ਨਾਲ ਜੁੜਿਆ ਹੋਇਆ ਹੈ, ਕੌਮੀ ਘਰ ਖਾਲਿਸਤਾਨ ਦੀ ਕਾਇਮੀ ਨਾਲ ਜੁੜਿਆ ਹੋਇਆ ਹੈ। ਅਸੀਂ ਜਿੱਥੇ ਡੇ ਟੂ ਡੇ ਐਕਟੀਵਿਟੀਜ਼ ਕਰਨੀਆਂ ਨੇ ਉੱਥੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਜਿਹੜੀਆਂ ਸੰਘਰਸ਼ਸ਼ੀਲ ਧਿਰਾਂ ਨੇ, ਮਨੁੱਖੀ ਹੱਕਾਂ ਦੇ ਲਈ ਕੁਝ ਕਰ ਸਕਣ ਵਾਲੀਆਂ ਧਿਰਾਂ ਨੇ, ਪ੍ਰੈਜ਼ੀਡੈਂਟ ਓਬਾਮਾ ਦੀ ਵਿਜ਼ਿਟ ਨੂੰ ਲੈ ਕੇ ਜਿਵੇਂ 1.5 ਲੱਖ ਤੋਂ ਜ਼ਿਆਦਾ ਦੁਨੀਆ ਭਰ ਦੇ ਵਿੱਚ ਸਿੰਘਾਂ ਸਿੰਘਣੀਆਂ ਨੇ ਜਿਹੜੇ ਪ੍ਰੋਪਰ ਈਮੇਲ ਰਾਹੀਂ ਪੈਟੀਸ਼ਨ ਕੀਤੀਆਂ, ਜਿਹਦੇ 3 ਨੁਕਤੇ ਸਪਸ਼ਟ ਨੇ ਕਿ ਸਾਡੇ ਨੁਮਾਇੰਦਿਆਂ ਨੇ 26 ਜਨਵਰੀ 1950 ਦੇ ਸੰਵਿਧਾਨ ਨੂੰ ਨਹੀਂ ਸੀ ਮੰਨਿਆ, ਤੁਸੀਂ ਇੱਕ ਤੋਂ ਬਾਅਦ ਇੱਕ ਨਸਲ ਕੁਸ਼ੀ ਕੀਤੀ ਹੈ, ਤੁਹਾਡੇ ਸੰਵਿਧਾਨ ਦੇ ਆਰਟੀਕਲ 25 ਦੀ ਧਾਰਾ 20 ਸਾਨੂੰ ਹਿੰਦੂ ਗਰਦਾਨਦੀ ਹੈ, ਔਰ UN ਚਾਰਟਰ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ, ਇਹ ਸਾਡਾ ਮੁੱਢਲਾ ਹੱਕ ਹੈ UN ਚਾਰਟਰ ਦੇ ਥੱਲੇ, ਕਿ ਜਦੋਂ ਪ੍ਰੈਜ਼ੀਡੈਂਟ ਓਬਾਮਾ ਮੋਦੀ ਨੂੰ ਮਿਲੇ ਤਾਂ ਇਹ ਨੁਕਤੇ ਜ਼ਰੂਰ ਉਠਾਏ। ਸੋ ਮੈਂ ਸਮਝਦਾ ਵੀ ਹਰ ਜਥੇਬੰਦੀ ਜੋ ਐਫਰਟ ਕਰਦੀ ਹੈ, ਰਿਚਮੰਡ ਹਿਲ ਕਲਚਰਲ ਸੁਸਾਇਟੀ ਉਸ ਅੰਬਰੇਲਾ ਆਰਗੇਨਾਈਜੇਸ਼ਨ ਦੀ ਤਰ੍ਹਾਂ, ਜਿਨ੍ਹਾਂ ਦੇ ਮੈਂ ਸਮਝਦਾ ਕਿ ਹਮੇਸ਼ਾ ਹੀ ਪੰਥਕ ਪਿੜ ਦੇ ਵਿੱਚ ਯੋਗਦਾਨ ਹੈ, ਸਤਿਗੁਰੂ ਕਿਰਪਾ ਕਰਨ ਆਉਣ ਵਾਲੇ ਵਰੇ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਹੀ ਅਸੀਂ ਪੰਥਕ ਮੁੱਦਿਆਂ 'ਤੇ ਫੋਕਸ ਕਰਕੇ ਆਪਸੀ ਏਕਤਾ ਪਿਆਰ ਦਾ ਸਬੂਤ ਦਿੰਦੇ ਹਾਂ ਇਸ ਕੇਸਰੀ ਕਾਫਲੇ ਨੂੰ।
ਮੰਜ਼ਲੇ ਮਕਸੂਦ ਤੱਕ ਪਹੁੰਚਾਉਣ ਲਈ ਯਤਨਸ਼ੀਲ ਹੋਈਏ। ਕੰਕਲੂਜਨ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਇਹ ਅਰਦਾਸ ਜਿਹੜੀ ਅੱਜ ਅਸੀਂ ਸਾਰੇ ਗੁਰੂ ਚਰਨਾਂ ਵਿੱਚ ਕਰਾਂਗੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਭਰੈ ਤਿੱਤੈ ਲਹੂ ਉਬਾਰ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸਮੂਹ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ।